ਉੱਡੀ ਸੁਰਤ ਤਾਂ ਵੇਖਿਆ ਇੱਕ ਕੌਤਕ ਅਲੋਕਾਰ ਸਕੂਲ ਸੋਹਾਰ ਰਿਹਾ ਸੀ ਪ੍ਰੀਤਾਂ ਪੰਨ ਵਾਸਿਤ ਕਿਸੇ ਖਾਨ ਵਾਲਾ ਤੱਤੀ ਲੋਤ ਅਸਨ ਲਾ ਰਿਹਾ ਸੀ ਧਰਮ ਸਿਦਕ ਸਚਾਈ ਤੇ ਸ਼ਾਂਤੀ ਦੀ ਔਖੀ ਸੰਥਿਆ ਆ ਪੜਾ ਰਿਹਾ ਸੀ ਕਿਵੇਂ ਹੁਕਮ ਦੇ ਵਿੱਚ ਪਰਸੰਨ ਰਹੀਏ ਬੈਠਾ ਯੱਗ ਦੇ ਵਿੱਚ ਸੇਖਾ ਰਹਾ ਸੀ ਮਰੋ ਧਰਮ ਬਦਲੇ ਸਦਕਵਾਨ ਹੋ ਕੇ ਅੱਖਰ ਰਤ ਦੇ ਨਾਲ ਖਾ ਰਹਾ ਸੀ ਕਦੇ ਲੋਤੇ ਚੌਂਕੜੀ ਲਾ ਰਹਾ ਸੀ ਕਦੇ ਉਬਲਦੀ ਦੇਗ ਵਿੱਚ ਨਾ ਰਹਾ ਸੀ ਪਾਣੇ ਜੱਗ ਦੇ ਉਲਟ ਸੀ ਖੇលਿਆ ਪਰ ਪਾਣੇ ਵਿੱਚ ਉਹ ਪਾਣਾ ਵਰਤਾ ਰਹਾ ਸੀ ਇਕਾ ਇੱਕ ਉਂਗਲ ਨਾਲ ਦੱਸ ਪ੍ਰੀਤਮ ਇਕਾ ਕਰਨ ਤੇ ਮਰਨ ਸੇ ਖਾਰ ਰਹਾ ਸੀ ਡਿਠੇ ਕਈ ਵਦਿਆਰਥੀ ਪਾਸ ਬੈਠੇ ਕੋਈ ਲਿਖਦਾ ਕੋਈ ਪੜ੍ਹ ਕਾਰ ਰਹਾ ਸੀ ਵਾਰੋ ਵਾਰ ਵਦਿਆਰਥੀ ਪੁੱਛਦੇ ਸਨ ਹਰ ਗੱਲ ਉਹ ਆਪ ਸਮਝਾ ਰਿਹਾ ਸੀ ਮੀਆਂ ਮੀਰ ਵੀ ਰੱਖ ਲੋ ਰੱਖ ਲੋ ਦੀ ਉੱਚੀ ਉੱਚੀ ਮੋਹਾਰਨੀ ਗਾਰਿਆ ਸੀ ਮਨੀ ਸਿੰਘ ਵੀ ਆ ਸੁਣਾ ਸੰਥਾ ਪੱਟੀ ਲਿਖ ਕੇ ਆਣ ਵੇ ਖਾਰਿਆ ਸੀ ਮਤੀ ਦਾਸੋ ਗਿਆ ਸੀ ਪਾਸ ਜਿਹੜਾ ਉਹ ਵੀ ਗੀਰ ਸ਼ਹੀਦੀ ਦੇ ਗਾਰਿਆ ਸੀ ਲਸ਼ਮਣ ਅਤੇ ਦਲੀਪ ਜਾਂ ਵੜੇ ਅੰਦਰ ਉਹਨਾਂ ਪਿੱਛੇ ਵੀ ਹੀਰ ਕਿ ਆ ਰਹਿਆ ਸੀ ਕਰਮ ਅਤੇ ਪ੍ਰਤਾਪ ਫਿਰ ਨਜ਼ਰ ਆਏ ਇੰਜਣ ਉਹਨਾਂ ਨੂੰ ਦਲਦਾ ਜਾ ਰਹਿਆ ਸੀ ਮੀਂਹਤ ਦਾ ਫਿਰ ਉੱਥੇ ਵਰਨ ਲੱਗਾ ਜੈਤੋ ਵਿੱਚ ਸਾਕਾ ਵਿਹਾਰਿਆ ਸੀ ਬੋਲੇ ਸਤਿਗੁਰੂ ਧਰਮ ਦੀ ਜੈ ਹੋਵੇ ਨੂਰ ਨਮਾਹੀ ਮੁਖ ਤੇਜਾਰਿਆ ਸੀ ਧਰਮ ਸੱਚ ਦੇ ਪੂਰਨੇ ਪਾਣ ਵਾਲਾ ਧਰਮਨ ਸੱਚ ਦੇ ਪੂਰਨੇ ਪਾਰ ਰਹਾ ਸੀ ਖਿੜਕੀ ਖੜਕ ਕੇ ਰੰਗ ਪਲਟਾ ਦਿੱਤਾ ਸਮਾਂ ਸੁਰਤ ਦਾ ਮੇਲ ਦਾ ਆ ਰਿਹਾ ਸੀ ਖੁੱਲੀ ਅੱਖ ਤਾਂ ਸਾਹਮਣੇ ਵੇਖਿਆ ਕੀ ਤੇਲ ਖੁਣੋਂ ਦੀਵਾ ਟਿਮਟਿਮਾ ਰਿਹਾ ਸੀ